हाँ जी सत श्री अकाल दोस्तों, पंजाबी क्राउड चैनल दे तुहाडा सब दा बहुत बहुत स्वागत है। दोस्तों आज दी वीडियो विच आपां गल करांगे पंजाबी इंडस्ट्री दी बहुत ही मशहूर फीमेल सिंगर ते मॉडल जिन्हां ने बहुत ही घट समय विच पंजाबी इंडस्ट्री विच अपना बहुत वड्डा नाम बना लिया है। कि अज इन्हां दे चाहण वालां दी गिनती लखां विच है। जी हाँ दोस्तों, आज दी वीडियो विच आपां गल करांगे मशहूर पंजाबी फीमेल सिंगर बाणी संधू दे जीवन, फैमिली ते म्यूजिक करियर बारे। ते तुहानू ए भी दसांगे कि बाणी संधू दे घरदियां तों ओहदे कुट क्यों पई सी अते इन्हां ने सरकारी नौकरी नूं क्यों छड्डिया सी। इस लई दोस्तों चलदी चलदी वीडियो नूं लाइक जरूर कर दिओ। दोस्तों बाणी संधू का जन्म 18 दिसंबर 1993 नूं अमृतसर विखे होया। इन्हां दा रियल नाम रुपिंदर कौर संधू है। इन्हां दा घरेलू नाम बाणी है अते इंडस्ट्री विच इन्हां नूं सब बाणी संधू दे नाम नाल जानदे ने। बाणी संधू दे माता पिता तों इलावा इन्हां दे दो ब्रदर भी है। बाणी संधू ने अपनी स्कूली पढ़ाई गौरमेंट मॉडल सीनियर सेकेंडरी स्कूल सेक्टर 37D चंडीगढ़ तो पूरी कीती। ਅਤੇ ਬਾਣੀ ਸੰਧੂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਜਦੋਂ ਉਹ 5th ਕਲਾਸ 'ਚ ਪੜ੍ਹਦੀ ਸੀ ਤਾਂ ਉਦੋਂ ਉਸਦਾ ਮੈਥ ਬਹੁਤ ਜ਼ਿਆਦਾ ਵੀਕ ਸੀ, ਜਿਸ ਕਰਕੇ ਘਰਦਿਆਂ ਨੇ ਇੱਕ ਵਾਰੀ ਬਾਣੀ ਸੰਧੂ ਨੂੰ ਕੁੱਟਿਆ ਵੀ ਸੀ। ਪਰ ਉਸ ਤੋਂ ਬਾਅਦ ਇਹਨਾਂ ਨੇ ਦਿਨ ਰਾਤ ਮੈਥ ਦੀ ਸਟੱਡੀ ਕੀਤੀ ਅਤੇ 10ਵੀਂ ਤੱਕ ਆਉਂਦੇ ਆਉਂਦੇ ਇਹਨਾਂ ਨੇ ਆਪਣਾ ਮੈਥ ਬਹੁਤ ਸਟਰੋਂਗ ਕਰ ਲਿਆ। ਤੇ ਜੇ ਆਪਾਂ ਇਹਨਾਂ ਦੀ ਹਾਇਰ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਨੇ ਬੀਟੈਕ ਕੰਪਿਊਟਰ ਸਾਇੰਸ ਵਿੱਚ ਕੀਤੀ ਹੋਈ ਹੈ। ਬਾਣੀ ਸੰਧੂ ਨੂੰ ਸਿੰਗਿੰਗ ਦਾ ਸ਼ੌਂਕ ਛੋਟੇ ਹੁੰਦੇ ਤੋਂ ਹੀ ਬਹੁਤ ਜ਼ਿਆਦਾ ਸੀ, ਇਸ ਕਰਕੇ ਇਹਨਾਂ ਨੇ 5ਵੀਂ ਕਲਾਸ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਤੇ ਨਾਲ ਹੀ ਇਹ ਆਪਣੇ ਸਕੂਲ ਤੇ ਕਾਲਜ ਵਿੱਚ ਹੋਣ ਵਾਲੇ ਹਰ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਸੀ ਤੇ ਉਸ ਵਿੱਚ ਪਰਫਾਰਮੈਂਸ ਦਿੰਦੇ ਸੀ, ਜਿਸ ਨੂੰ ਦੇਖ ਕੇ ਇਹਨਾਂ ਦੇ ਅਧਿਆਪਕ ਇਹਨਾਂ ਦੀ ਖੂਬ ਪ੍ਰਸ਼ੰਸਾ ਕਰਦੇ ਸੀ। ਬਾਣੀ ਸੰਧੂ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਮੈਂ ਸਿੰਗਰ ਹੀ ਬਣਨਾ ਹੈ, ਪਰ ਘਰ ਦੇ ਇਸ ਕੰਮ ਲਈ ਇਹਨਾਂ ਦੀ ਕੋਈ ਸਪੋਰਟ ਨਹੀਂ ਕਰਦੇ ਸੀ। ਉਹ ਚਾਹੁੰਦੇ ਸੀ ਕਿ ਬਾਣੀ ਪੜ੍ਹ ਲਿਖ ਕੇ ਕੋਈ ਵਧੀਆ ਨੌਕਰੀ ਕਰੇ। ਇਸ ਲਈ ਬਾਣੀ ਸੰਧੂ ਨੇ ਪਹਿਲਾਂ ਆਪਣੇ ਘਰਦਿਆਂ ਦਾ ਸੁਪਨਾ ਪੂਰਾ ਕਰਨ ਲਈ ਜੋਬ ਲਈ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ। ਬਾਣੀ ਸੰਧੂ ਨੂੰ ਲਗਭਗ 22 ਸਾਲ ਦੀ ਉਮਰ ਵਿੱਚ ਸਰਕਾਰੀ ਜੋਬ ਮਿਲ ਗਈ ਸੀ, ਪਰ ਬਾਣੀ ਸੰਧੂ ਨੇ ਆਪਣੇ ਸਿੰਗਰ ਬਣਨ ਦੇ ਡ੍ਰੀਮ ਨੂੰ ਕਦੇ ਨਹੀਂ ਛੱਡਿਆ। ਤੇ ਕੁਝ ਸਮਾਂ ਜੋਬ ਕਰਨ ਤੋਂ ਬਾਅਦ ਇਹਨਾਂ ਨੇ ਉਸ ਜੋਬ ਨੂੰ ਛੱਡ ਦਿੱਤਾ ਸੀ ਅਤੇ ਇੱਕ ਇੰਸਟੀਚਿਊਟ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਇਹ ਇੰਸਟੀਚਿਊਟ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਸੀ ਤਾਂ ਬਾਣੀ ਸੰਧੂ ਫ੍ਰੀ ਟਾਈਮ ਵਿੱਚ ਬੱਚਿਆਂ ਨੂੰ ਸੌਂਗ ਵੀ ਸੁਣਾਉਂਦੇ ਸੀ ਅਤੇ ਸੋਸ਼ਲ ਮੀਡੀਆ ਟਿਕਟੌਕ ਤੇ ਵੀ ਆਪਣੀਆਂ ਵੀਡੀਓਜ਼ ਬਣਾ ਕੇ ਸ਼ੇਅਰ ਕਰਦੇ ਸੀ। ਇਸ ਤਰ੍ਹਾਂ ਬਾਣੀ ਸੰਧੂ ਜਦੋਂ ਇੰਡਸਟਰੀ ਵਿੱਚ ਆਉਣ ਲਈ ਸਟਰਗਲ ਕਰ ਰਹੀ ਸੀ ਤਾਂ ਕੁਝ ਲੋਕ ਇਹਨਾਂ ਨੂੰ ਟੋਟ ਮਾਰਦੇ ਸੀ ਕਿ ਬਾਣੀ ਸੰਧੂ ਦਾ ਇੰਡਸਟਰੀ ਵਿੱਚ ਕੁਝ ਨਹੀਂ ਬਣਨਾ ਤੇ ਇਹਨਾਂ ਨੂੰ ਹੋਰ ਵੀ ਚੰਗੇ ਮਾੜੇ ਕਮੈਂਟ ਕਰਦੇ ਸੀ। ਪਰ ਇਹਨਾਂ ਨੇ ਆਪਣੀ ਮਿਹਨਤ ਜਾਰੀ ਰੱਖੀ ਤੇ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਸ਼ੇਅਰ ਕਰਦੇ ਰਹੇ। ਇਸ ਤਰ੍ਹਾਂ ਕਰਦੇ ਕਰਾਉਂਦੇ ਬਾਣੀ ਸੰਧੂ ਦੀ ਇੱਕ ਵੀਡੀਓ ਜੱਸੀ ਲੋਕਾਂ ਤੱਕ ਪਹੁੰਚ ਗਈ, ਜੋ ਕਿ ਮਸ਼ਹੂਰ ਪੰਜਾਬੀ ਲਿਰਿਕਸ ਨੇ। ਅਤੇ ਜਦੋਂ ਜੱਸੀ ਲੋਕਾਂ ਨੇ ਬਾਣੀ ਸੰਧੂ ਦੀ ਸਿੰਗਿੰਗ ਨੂੰ ਦੇਖਿਆ ਤਾਂ ਕਾਫੀ ਖੁਸ਼ ਹੋਏ ਅਤੇ ਉਹਨਾਂ ਨੇ ਬਾਣੀ ਸੰਧੂ ਨਾਲ ਕੰਟੈਕਟ ਕੀਤਾ। ਇਸ ਤਰ੍ਹਾਂ ਬਾਣੀ ਸੰਧੂ ਨੇ ਸਾਲ 2018 ਵਿੱਚ ਜੱਸੀ ਲੋਕਾਂ ਦਾ ਲਿਖਿਆ ਹੋਇਆ ਗੀਤ ਫੌਜੀ ਦੀ ਬੰਦੂਕ ਗਾਇਆ। ਇਹ ਗਾਣਾ ਬਹੁਤ ਜ਼ਿਆਦਾ ਸੁਪਰਹਿੱਟ ਹੋਇਆ। ਇਸ ਗਾਣੇ ਨੇ ਬਾਣੀ ਸੰਧੂ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ। ਇਸ ਗਾਣੇ ਤੋਂ ਬਾਅਦ ਬਾਣੀ ਸੰਧੂ ਨੇ ਦੂਸਰਾ ਸੌਂਗ ਰਿਲੀਜ਼ ਕੀਤਾ, ਜੋ ਕਿ ਬਾਈ ਦਿਰਪ੍ਰੀਤ ਢਿੱਲੋਂ ਨਾਲ ਆਇਆ ਸੀ, ਜਿਸ ਦਾ ਨਾਮ ਸੀ ਗੁੰਡੇ ਇੱਕ ਵਾਰ ਫੇਰ। ਇਸ ਗਾਣੇ ਨੂੰ ਵੀ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ। ਪਰ ਦੋਸਤੋ ਜਦੋਂ ਬਾਣੀ ਸੰਧੂ ਦਾ 8 ਪਰਚੇ ਸੌਂਗ ਰਿਲੀਜ਼ ਹੋਇਆ ਤਾਂ ਇਹ ਸੌਂਗ ਇੰਨਾ ਜ਼ਿਆਦਾ ਸੁਪਰਹਿੱਟ ਹੋਇਆ ਕਿ ਇਸ ਸੌਂਗ ਨੇ ਬਾਣੀ ਸੰਧੂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਬਾਣੀ ਸੰਧੂ ਦੇ ਇਸ ਸੌਂਗ ਤੇ ਹੁਣ ਤੱਕ 700 ਮਿਲੀਅਨ ਤੋਂ ਵੀ ਉੱਪਰ ਵਿਊਜ਼ ਆ ਚੁੱਕੇ ਹੈ। ਇਸ ਤੋਂ ਬਿਨਾਂ ਵੀ ਬਾਣੀ ਸੰਧੂ ਦੇ ਹੁਣ ਤੱਕ ਬਹੁਤ ਸਾਰੇ ਸੁਪਰਹਿੱਟ ਸੌਂਗ ਆ ਚੁੱਕੇ ਹੈ। ਉਹਨਾਂ ਵਿੱਚੋਂ ਜੇ ਆਪਾਂ ਬਾਣੀ ਸੰਧੂ ਦੇ ਕੁਝ ਸੁਪਰਹਿੱਟ ਸੌਂਗਸ ਦੀ ਗੱਲ ਕਰੀਏ ਤਾਂ ਉਹ ਨੇ ਸਰਪੰਚੀ, ਅਫੈਰ, ਫੁਲਕਾਰੀ, ਬੈਲ ਬੋਟਮ, ਮਾਝੇ ਵਾਲੇ, ਅੱਗ ਅਤ ਕੋਕਾ ਕਹਿਰ, ਚੋਰੀ ਦਾ ਪਿਸਤਲ, ਪੈਂਟ ਸਟਰੇਟ, ਤੇਰੇ ਪਿੱਛੇ ਪਿੱਛੇ, ਜੋ ਕਿ ਬਹੁਤ ਜ਼ਿਆਦਾ ਸੁਪਰਹਿੱਟ ਹੋਏ। ਜੇ ਦੋਸਤੋ ਆਪਾਂ ਬਾਣੀ ਸੰਧੂ ਦੇ ਵਿਆਹ ਦੀ ਗੱਲ ਕਰੀਏ ਤਾਂ ਇਹ ਹਲੇ ਅਨਮੈਰਿਡ ਨੇ। ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ। ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਤੇ ਇਹ ਵੀ ਦੱਸਿਓ ਕਿ ਤੁਹਾਨੂੰ ਬਾਣੀ ਸੰਧੂ ਦਾ ਕਿਹੜਾ ਸੌਂਗ ਸਭ ਤੋਂ ਜ਼ਿਆਦਾ ਪਸੰਦ ਹੈ। ਦੋਸਤੋ ਜਲਦ ਮਿਲਾਂਗੇ ਅਗਲੀ ਵੀਡੀਓ ਵਿੱਚ, ਤਦ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਕਰਾਊਡ। ਧੰਨਵਾਦ।